ਕੈਲਗਰੀ ਪੁਲਿਸ ਨੇ ਇੱਕ ਪਾਦਰੀ ਨੂੰ ਗ੍ਰਿਫਤਾਰ ਕੀਤਾ ਜਿਸ ਉੱਤੇ ਇੱਕ ਔਰਤ ਨਾਲ ਚਰਚ ਵਿੱਚ ਜਬਰਜਨਾਹ ਕਰਨ ਦੇ ਇਲਜ਼ਾਮ ਸਾਬਤ ਹੋਏ ਨੇ। ਪਾਦਰੀ ਨੇ 6 ਸਾਲ ਪਹਿਲਾਂ ਔਰਤ ਦੇ ਨਾਲ ਜਬਰਜਨਾਹ ਕੀਤਾ ਸੀ। ਜਾਂਚ ਟੀਮ ਨੇ ਦੱਸਿਆ ਕਿ ਪੀੜਤ ਔਰਤ ਨੇ ਉਨ੍ਹਾਂ ਨੂੰ ਅਕਤੂਬਰ 2018 ਵਿੱਚ ਸ਼ਿਕਾਇਤ ਕੀਤੀ ਕਿ ਸੇਂਟ ਮਾਰਕ ਰੋਮਨ ਕੈਥੋਲਿਕ ਚਰਚ ਵਿੱਚ ਸਤੰਬਰ ਤੋਂ ਅਕਤੂਬਰ 2012 ਦਰਮਿਆਨ ਉਸ ਨਾਲ ਪਾਦਰੀ ਨੇ ਜਬਰਜਨਾਹ ਕੀਤਾ। ਔਰਤ ਨੇ ਦੱਸਿਆ ਕਿ ਕਈ ਸਮਾਗਮਾਂ ਤੇ ਪਾਦਰੀ ਨੇ ਉਸਨੂੰ ਬਿਨਾਂ ਇਜਾਜ਼ਤ ਛੂਹਿਆ ਵੀ ਸੀ। ਪਾਦਰੀ ਦੀ ਉਮਰ 62 ਸਾਲ ਹੈ, ਜਿਸ ਬਾਰੇ ਜਾਂਚ ਕਰਨ ਤੋਂ ਬਾਅਦ ਹੀ ਉਸਨੂੰ ਗ੍ਰਿਫਤਾਰ ਕੀਤਾ ਗਿਆ। ਪਾਦਰੀ ਦਾ ਨਾਮ ਮੈਕੋਲ ਜੋ ਡਿਸੂਜ਼ਾ ਹੈ ਤੇ ਜਿਸ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ। ਡਿਸੂਜ਼ਾ ਦੀ ਅਦਾਲਤ ਵਿੱਚ ਅਗਲੀ ਪੇਸ਼ੀ 21 ਫਰਵਰੀ ਨੂੰ ਹੋਵੇਗੀ। ਮਿਸ਼ੀਗਨ ਦੇ ਡੈਟਰੋਇਟ ਵਿੱਚ ਇੱਕ 18 ਮਹੀਨੇ ਦੀ ਬੱਚੀ ਨੇ ਆਮ ਨਾਲੋਂ 15 ਗੁਣਾ ਜ਼ਿਆਦਾ ਸਿੰਥੈਟਿਕ ਨਸ਼ਾ ਨਿਗਲ ਲਿਆ, ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ 25 ਦਸੰਬਰ 2018 ਨੂੰ ਹੋਈ ਸੀ, ਜਿਸ ਤੋਂ ਬਾਅਦ ਹੁਣ ਬੱਚੀ ਦੇ ਮਾਪਿਆਂ ਉੱਤੇ ਪੁਲਿਸ ਨੇ ਮਾਮਲਾ ਦਰਜ ਕੀਤਾ। 18 ਮਹੀਨੇ ਦੀ ਬੱਚੀ ਦਾ ਨਾਮ ਆਵਾ ਫਲੋਇਡ ਸੀ। ਪੁਲਿਸ ਨੇ ਦੱਸਿਆ ਕਿ 28 ਸਾਲਾ ਐਂਟੋਨੀਓ ਫਲੋਇਡ ਅਤੇ 27 ਸਾਲਾ ਸ਼ੈਂਟੇਨਾਈਸ ਬਾਗਸਡੇਲ ਉੱਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲੱਗੇ ਨੇ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਦੋਵੇਂ ਬੱਚੀ ਦੇ ਮਾਤਾ ਪਿਤਾ ਨੇ, ਜਿਨ੍ਹਾਂ ਨੂੰ ਬੱਚੀ ਦੀ ਨਸ਼ਾ ਨਿਗਲਣ ਕਰਕੇ ਹੋਈ ਮੌਤ ਦੇ ਪੂਰੀ ਤਰੀਕੇ ਨਾਲ ਜ਼ਿੰਮੇਵਾਰ ਮੰਨਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਦੇ ਮਾਪੇ ਘਰ ਵਿੱਚ ਹੀ ਫੈਂਟੇਨਾਈਲ ਬਣਾਉਂਦੇ ਸਨ, ਜਿਸ ਸਮਾਨ ਵਿੱਚੋਂ ਹੀ ਬੱਚੀ ਨੇ ਇੱਕ ਨਸ਼ੀਲਾ ਪਦਾਰਥ ਨਿਗਲ ਲਿਆ। ਨਸ਼ਾ ਨਿਗਲ ਲੈਣ ਤੋਂ ਬਾਅਦ ਬੱਚੀ ਨੂੰ ਖਰਾਬ ਹਾਲਤ ਵਿੱਚ ਉਸਦੀ ਦਾਦੀ ਦੇ ਘਰ ਲੈ ਗਏ, ਜਿੱਥੇ ਉਸਨੇ ਦਮ ਤੋੜ ਦਿੱਤਾ। ਗ੍ਰੇਟਰ ਪੋਰਟਲੈਂਡ ਵਿੱਚ ਕਰੀਬ 91 ਮੀਟਰ ਚੌੜੀ ਇੱਕ ਬਰਫ਼ ਦੀ ਡਿਸਕ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸਿਰਫ ਸੈਲਾਨੀਆਂ ਲਈ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਉੱਤੇ ਵੀ ਇਸ ਡਿਸਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਏਲੀਅਨਸ ਦੇ ਨਾਲ ਜਾਂ ਫਿਰ ਚੰਦਰਮਾ ਦੇ ਨਾਲ ਵੀ ਜੋੜ ਕੇ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਦਰਅਸਲ ਇਹ ਪੋਰਟਲੈਂਡ ਵਿੱਚ ਨਦੀ ਤੇ ਜੰਮੀ ਹੋਈ ਬਰਫ਼ ਹੈ, ਜਿਸ ਨੇ ਕੁਦਰਤੀ ਤੌਰ ਤੇ ਗੋਲ ਆਕਾਰ ਲਿਆ ਹੋਇਆ ਤੇ ਆਕਾਰ ਗੋਲ ਹੋਣ ਕਰਕੇ ਇਹ ਡਿਸਕ ਘੁੰਮ ਰਹੀ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਛੋਟੇ ਆਕਾਰ ਵਿੱਚ ਬਣੇ ਹੋਏ ਡਿਸਕ ਵਰਗੇ ਗੋਲੇ ਪਾਣੀ ਤੇ ਦੇਖੇ ਨੇ, ਪਰ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਡਿਸਕ ਹੌਲੀ ਹੌਲੀ ਘੜੀ ਦੀ ਤਰ੍ਹਾਂ ਘੁੰਮ ਰਹੀ ਹੈ, ਜਿਸ ਉੱਤੇ ਵੱਡੀ ਗਿਣਤੀ ਵਿੱਚ ਬੱਤਖਾਂ ਤੇ ਹੋਰ ਪੰਛੀ ਬੈਠ ਰਹੇ ਨੇ। ਪੰਛੀਆਂ ਦੇ ਡਿਸਕ ਉੱਤੇ ਬੈਠਣ ਨਾਲ ਇਸ ਨੂੰ ਹੋਰ ਵੀ ਸੋਹਣਾ ਰੂਪ ਮਿਲ ਗਿਆ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੈਂਦੇ ਸ਼ਹਿਰ ਟ੍ਰੇਸੀ ਦਾ ਸਿੱਖ ਕਿਸਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ। ਟ੍ਰੇਸੀ ਵਿੱਚ ਰਹਿਣ ਵਾਲੇ ਮਾਈਕ ਸੰਧੂ ਅਮਰੀਕੀ ਸਰਕਾਰ ਦੇ ਕੰਮਕਾਜ ਠੱਪ ਹੋਣ ਤੋਂ ਬਾਅਦ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਕਾਫੀ ਚਿੰਤਾ ਕਰ ਰਹੇ ਨੇ, ਕਿਉਂਕਿ ਕੰਮਕਾਜ ਬੰਦ ਹੋਣ ਕਰਕੇ ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਬਹੁਤੇ ਮੁਲਾਜ਼ਮ ਆਰਥਿਕ ਸੰਕਟ ਦੇ ਵਿੱਚ ਫਸੇ ਹੋਏ ਨੇ। ਅਜਿਹੇ ਵਿੱਚ ਟ੍ਰੇਸੀ ਸ਼ਹਿਰ ਵਿੱਚ ਖੇਤੀ ਕਰਨ ਵਾਲੇ ਮਾਈਕ ਸੰਧੂ ਨੇ ਆਪਣੇ ਸ਼ਹਿਰ ਦੇ ਸਾਰੇ ਹੀ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਬਾਂਹ ਫੜਨ ਦਾ ਫੈਸਲਾ ਕੀਤਾ। ਮਾਈਕ ਸੰਧੂ ਨੇ ਟ੍ਰੇਸੀ ਸ਼ਹਿਰ ਦੇ ਮੁਲਾਜ਼ਮਾਂ ਦੇ ਘਰਾਂ ਦੇ ਕਿਰਾਏ ਦੇ ਨਾਲ ਨਾਲ ਘਰਾਂ ਦੀਆਂ ਕਿਸ਼ਤਾਂ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ। ਮਾਈਕ ਸੰਧੂ ਨਾਲ ਸੰਪਰਕ ਕਰਨ ਲਈ ਇੱਕ ਈਮੇਲ ਐਡਰੈਸ ਵੀ ਜਾਰੀ ਕੀਤਾ ਗਿਆ। ਇਸ ਐਲਾਨ ਤੋਂ ਬਾਅਦ ਅਮਰੀਕਾ ਦੇ ਸਥਾਨਕ ਪ੍ਰਿੰਟ ਮੀਡੀਆ ਵਿੱਚ ਮਾਈਕ ਸੰਧੂ ਸੁਰਖੀਆਂ ਬਣੇ ਹੋਏ ਨੇ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਮਾਈਕ ਸੰਧੂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਯਤਨਾਂ ਨਾਲ ਅਮਰੀਕਾ ਵਰਗੇ ਮੁਲਕਾਂ ਵਿੱਚ ਭਾਈਚਾਰੇ ਦਾ ਸਤਿਕਾਰ ਵਧੇਗਾ। ਇੱਥੇ ਦੱਸਣਯੋਗ ਹੈ ਕਿ ਮਾਈਕ ਸੰਧੂ ਪਹਿਲਾਂ ਵੀ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹਿੱਸਾ ਪਾਉਂਦੇ ਰਹਿੰਦੇ ਨੇ, ਜਿਸ ਦੌਰਾਨ ਲੋੜਵੰਦਾਂ ਨੂੰ ਆਪਣੇ ਕੋਲੋਂ ਹਜ਼ਾਰਾਂ ਡਾਲਰ ਦੇ
ਚੈੱਕ ਭੇਟ ਕਰ ਚੁੱਕੇ ਨੇ। ਅਮਰੀਕਾ ਦੇ ਮਿਨਿਸਟਰਾਂ ਵਿੱਚ ਮੈਨਕੇਟੋ ਦੀ ਇਹ ਘਟਨਾ ਹੈ ਜਿੱਥੇ 2 ਸਾਲ ਦਾ ਬੱਚਾ ਕਾਰ ਸੀਟ ਸਮੇਤ ਚੱਲਦੀ ਕਾਰ ਤੋਂ ਹੇਠਾਂ ਡਿੱਗ ਗਿਆ ਤੇ ਬੱਚੇ ਦੇ ਮਾਪਿਆਂ ਨੂੰ ਇਸ ਦਾ ਪਤਾ ਹੀ ਨਹੀਂ ਲੱਗਿਆ ਤੇ ਉਹ ਗੱਡੀ ਲੈ ਕੇ ਅੱਗੇ ਲੰਘ ਗਏ। ਰਸਤੇ ਵਿੱਚ ਕਾਰ ਸੀਟ ਸਮੇਤ ਡਿੱਗੇ ਹੋਏ 2 ਸਾਲ ਦੇ ਬੱਚੇ ਨੂੰ ਲੋਕਾਂ ਨੇ ਚੁੱਕਿਆ। ਡਾਕਟਰਾਂ ਨੇ ਚੈੱਕਅਪ ਕਰਕੇ ਪੁਸ਼ਟੀ ਕੀਤੀ ਕਿ ਬੱਚੇ ਨੂੰ ਕੋਈ ਵੀ ਸੱਟ ਨਹੀਂ ਲੱਗੀ, ਸੀਟ ਕਾਰਨ ਬੱਚਾ ਸੁਰੱਖਿਅਤ ਸੀ। ਤਾਂ ਦੂਜੇ ਪਾਸੇ ਕੁਝ ਦੇਰ ਬਾਅਦ ਪੁਲਿਸ ਕੋਲੋਂ ਆ ਕੇ ਮਾਪਿਆਂ ਨੇ ਬੱਚੇ ਨੂੰ ਲੈ ਲਿਆ। ਸਿਟੀ ਵੱਲੋਂ ਜਾਰੀ ਹੋਏ ਬਿਆਨ ਮੁਤਾਬਕ ਮਾਪਿਆਂ ਨੇ ਬੱਚੇ ਨੂੰ ਤਾਂ ਸੀਟ ਦੇ ਨਾਲ ਬੰਨਿਆ ਹੋਇਆ ਸੀ ਪਰ ਬੱਚੇ ਦੀ ਸੀਟ ਨੂੰ ਕਾਰ ਦੀ ਸੀਟ ਨਾਲ ਨਹੀਂ ਬੰਨਿਆ ਹੋਇਆ ਸੀ। ਜਾਂਚ ਅਧਿਕਾਰੀ ਇਸ ਉੱਤੇ ਜਾਂਚ ਕਰ ਰਹੇ ਨੇ ਕਿ ਬੱਚੇ ਕੋਲ ਕਾਰ ਦੀ ਖਿੜਕੀ ਲੌਕ ਕਿਉਂ ਨਹੀਂ ਸੀ ਤੇ ਸੀਟ ਨੂੰ ਕਾਰ ਦੀ ਸੀਟ ਦੇ ਨਾਲ ਬੰਨਿਆ ਕਿਉਂ ਨਹੀਂ ਗਿਆ। ਇਸ ਵਿੱਚ ਮਾਪਿਆਂ ਖਿਲਾਫ਼ ਲਾਪਰਵਾਹੀ ਦੇ ਇਲਜ਼ਾਮਾਂ ਤਹਿਤ ਜਾਂਚ ਹੋਵੇਗੀ ਜਿਸ ਦੀ ਮਾਪਿਆਂ ਨੂੰ ਸਜ਼ਾ ਵੀ ਹੋ ਸਕਦੀ ਹੈ।